हाँ जी गाइस मैं खोल लग गया जैसलीन दे प्रेजेंट जैसलीन नु दिते असी ते जैसलीन आज गेस करेगी की ले गए हैं जैसलीन वास्ते टाइम जदे जदा ना कह सकदे शॉर्टेज ही गी एक इन्होंने इतने थोड़ा जहा मार्केट के बीच भी करोना करके रूल्स थोड़े जे स्ट्रिक्ट किए हुए ना इस करके जिन्ना हो सके जल्दी जल्दी जी शॉपिंग की बाकी एक पार्सल चार गिफ्ट के अलावा जैसलीन का एक पार्सल हो रहा है मेरी कल पहुंच जाएगा परसों तक आ जाएगा है ना चलो आ रहा हूँ एकदम एक से लड़कियाँ बहुत है दोए बहुत सारा दोनों के लिए ना किचन डाय ओके बैठ बैठ के हेयर स्टाइलिंग वास्ते देख लो मिरर है ड्रायर है प्रिंसेस कैरेज बिल्कुल प्रिंसेस कैरेज दस तो आ जैसलीन दा प्रिंसेस कैरेज मेरे पास आ ही है हुई हो सदा ओके बढ़िया तो बढ़िया लगे कितना लगा पुत्र बढ़िया सोने लग बढ़िया सारे हाँ चलो बढ़िया मेरा बेटा कितने साल दे हो गए तुसी पांच साल दे हो गए तुसी उन सारे बनना है ना ਇਹ ਜਿੱਦਾਂ ਬਹੁਤ ਕਰਦੀਆਂ ਦੋ ਇਹਨਾਂ ਲੜਦੀਆਂ ਬਹੁਤ ਜ਼ਿਆਦਾ ਆ ਤੇ ਕਹਿਣ ਦੀ ਗੱਲਾਂ ਸਿਆਣੇ ਬਣਨਾ ਸਿਆਣੇ ਸੁਣੇ ਜਿਹੜੇ ਇਹਨਾਂ ਨੇ ਬਣਨਾ ਉਹੀ ਬਣਨਾ ਸਾਨੂੰ ਬਣਾਣਾ ਸਿਆਣੇ ਆ ਦੇਖੋ ਪਿਆਰ ਆ ਰਿਹਾ ਹੁਣ ਪਿਆਰ ਆ ਰਿਹਾ ਤੇ ਪਹਿਲੇ ਇਹ ਲੜਦੇ ਇੰਨੇ ਲੜਦੇ ਸੀਗੇ ਉਹ ਪੁੱਛੋ ਨਾ ਕੁਝ ਸ਼ੇਅਰਿੰਗ ਦਾ ਨਹੀਂ ਇਹਨਾਂ ਨੂੰ ਪਤਾ ਚੱਲ ਰਿਹਾ ਐਕਚੁਅਲੀ ਨਾ ਕਿ ਸ਼ੇਅਰ ਨਹੀਂ ਕਰਦੇ ਕਿਸੇ ਨਾਲ ਵੀ ਹਾਂਜੀ ਹਾਂਜੀ ਬਾਕੀ ਜੈਸਲੀਨ ਦੀ ਗੱਲ ਕਰੀਏ ਤਾਂ ਜੈਸਲੀਨ ਇੱਕ ਇਦਾਂ ਦਾ ਬੱਚਾ ਹੈ ਜਿਹੜਾ ਕਿ ਸ਼ੁਰੂ ਜਦੋਂ ਹੋਇਆ ਸੀਗਾ ਸਾਡੀ ਲਾਈਫ ਇਸ ਟਾਈਪ ਦੀ ਉਸ ਟਾਈਮ ਕਿ ਇਹ ਕੁੜੀ ਸਾਡੇ ਨਾਲ ਉਦੋਂ ਤੋਂ ਹੀ ਸਟਰਗਲ ਕਰਨਾ ਮਤਲਬ ਹੁਣ ਤੇ ਚਲੋ ਵਾਹਿਗੁਰੂ ਦੀ ਮਿਹਰ ਨਾਲ ਸਭ ਕੁਝ ਸੈਟਿੰਗ ਆ ਬਟ ਉਸ ਟਾਈਮ ਇਹ ਇੰਨੀ ਛੋਟੀ ਸੀ ਕਿ ਇਹਨੇ ਵੀ ਸਾਡੇ ਨਾਲ ਪ੍ਰੋਪਰ ਸਟਰਗਲ ਕੀਤਾ ਕਿਉਂ ਸਰਦਾਰ ਜੀ ਯੈਸ ਇਹਨੇ ਬਹੁਤ ਜ਼ਿਆਦਾ ਸਟਰਗਲ ਕੀਤਾ ਇਹਨੇ ਕੁੜੀ ਨੇ ਸਾਡੇ ਨਾਲ ਹੀ ਇਹ ਮੈਨੂੰ ਜ਼ਿਆਦਾ ਛੋਟੀ ਜੀ ਸੀ 3 ਮਹੀਨੇ ਦੀ ਸੀ ਇਹ ਹਨਾ ਤੇ ਅਸੀਂ ਉਦੋਂ ਹੈਮਪੁਰ ਕਰਾਂਦੇ ਸੀ ਹਨਾ ਤੇ ਬਹੁਤ ਸਟਰਗਲ ਕੀਤਾ ਇਹਨੇ ਸਾਡੇ ਨਾਲ ਤੇ ਹੁਣ ਮਾਲਾ ਦੀ ਚੜ੍ਹਦੀ ਕਲਾ ਸਤਿਗੁਰ ਨੇ ਬਹੁਤ ਤਰੱਕੀਆਂ ਬਖਸ਼ੀਆਂ ਸਤਿਗੁਰ ਨੇ ਬਹੁਤ ਜ਼ਿਆਦਾ ਕੁਝ ਦਿੱਤਾ ਹੈ ਇਹ ਮੀਆਂ बहुत सियाना गल गुल बनता वैसे बेटा मेरा पापा का ज्यादा प्यारा बहुत सियाना छोटी भी सियानी है वैसे छोटी कद कद कर दी है 2 साल दी है ना बाकी मैं हाँ जी मैं
ਬਾਕੀ ਚੰਗਾ ਮਾੜਾ ਟਾਈਮ ਆਂਦਾ ਰਹਿੰਦਾ ਹੈ ਜਿਹੜਾ ਚੱਲ ਗਿਆ ਉਹ ਸਾਡਾ ਪਾਸਟ ਸੀ ਹੁਣ ਪ੍ਰੈਜ਼ੈਂਟ ਜਿਹੜਾ ਉਹਨੂੰ ਖੁੱਲ ਕੇ ਜੀਏ ਔਰ ਆਉਣ ਵਾਲਾ ਫਿਊਚਰ ਅਸੀਂ ਆਪਣੇ ਬੱਚਿਆਂ ਨੂੰ ਵੱਡੇ ਹੁੰਦੇ ਦੇਖੀਏ ਇਹਨਾਂ ਨਾਲ ਹਰ ਇੱਕ ਮਤਲਬ ਮੂਮੈਂਟ ਜਿਹੜਾ ਸਪੈਸ਼ਲ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਬਾਕੀ ਬੱਚਿਆਂ ਨਾਲ ਬਹੁਤ ਮੁਸ਼ਕਿਲ ਹੈ ਔਰ ਵੱਡੀ ਫਿਰ ਵੱਡੇ ਬੱਚੇ ਨੂੰ ਜੈਸਲੀਨ ਨੂੰ ਫਿਰ ਵੀ ਅਸੀਂ ਸਮਝਾ ਦਿੰਦੇ ਹਾਂ ਤੇ ਚਲੋ ਬੈਠ ਜਾਂਦੀ ਹੈ ਇਹ ਛੋਟੇ ਵਾਲਾ ਜਿਹੜਾ ਹੈ ਬਹੁਤ ਖਤਰਨਾਕ ਬੰਦਾ ਹੈ ਬਹੁਤ ਤੰਗ ਕਰਦਾ ਹੈ ਤੇ ਬਾਕੀ ਅਸੀਂ ਛੋਟੇ ਛੋਟੇ ਕਲਿੱਪ ਲਿੱਤੇ ਹੋਏ ਨਾ ਕਿ ਕਿੱਦਾਂ ਅਸੀਂ ਜੈਸਲੀਨ ਦੀ ਸ਼ੋਪਿੰਗ ਵਗੈਰਾ ਕੀਤੀ ਉਹ ਸਾਰਾ ਕੁਝ ਵੀਡੀਓ ਦੇ ਵਿੱਚ ਪਾ ਦਾਂਗੇ ਤੇ ਬਾਕੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਹਨਾ ਤੇ ਅੱਜ ਦਾ ਬਲੌਗ ਜਿਹੜਾ ਤੁਹਾਨੂੰ ਵਧੀਆ ਲੱਗੇਗਾ ਤੇ ਬਾਕੀ ਜੈਸਲੀਨ ਨੂੰ ਸਾਰਿਆਂ ਨੇ ਬਲੈਸਿੰਗ ਦੇਣੀ ਹੈ बाकी शाम जो भी डिश वगैरह बनावांगे क्लिप पावांगे ਕੋਸ਼ਿਸ਼ ਇਹੋ ਕਰਾਂਗੇ ਕਿ ਜਦੋਂ ਅਸੀਂ ਖਾਵਾਂਗੇ ਉਦੋਂ ਵੀ ਦੋ ਚਾਰ ਗੱਲਾਂ ਤੁਹਾਡੇ ਨਾਲ ਕਰੀਏ ਹੁਣ ਐਕਚੁਅਲੀ ਪ੍ਰੋਬਲਮ ਇਹ ਹੈ ਕਿ ਸਾਡੇ ਕੋਲ ਟਾਈਮ ਦੀ ਹੈ ਸ਼ਾਰਟੇਜ ਸਰਦਾਰ ਜੀ ਨੇ ਲਿਖੀ ਹੋਈ ਹੈ ਕਰੋਨਾ ਟੈਸਟ ਦੀ ਅਪਾਇੰਟਮੈਂਟ ਇਹਨਾਂ ਨੂੰ ਕਿਤੇ ਜਾਣਾ ਹੈ ਆਊਟ ਆਫ ਸਿਟੀ ਮੈਂ ਕੱਲ ਨੂੰ ਜਾਣਾ ਆਊਟ ਆਫ ਸਿਟੀ ਤੇ ਮੇਰੀ ਟਰਮੀਨ ਹੈ ਤੇ ਮੈਂ ਟੈਸਟ ਕਰਵਾਉਣਾ ਤੇ ਜਦੋਂ ਪਾਪਾ ਤੇ 250 ਦੀ ਮੇਰੀ ਟਰਮੀਨ ਹੈ ਜਦੋਂ ਪਾਪਾ ਜਾਗਦੇ ਤੇ ਉਮੀਦ ਕਰਦੇ ਕਿ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗਾ ਹੋਵੇਗਾ ਅੱਜ ਦਾ ਵਲੌਗ ਹੁਣ ਅਸੀਂ ਜਲਦੀ ਜਲਦੀ ਚੱਲਦੇ ਹਾਂ ਔਰ ਆਪਣੇ ਕੋਟ ਵਗੈਰਾ ਕੈਰੀ ਕਰਦੇ ਹਾਂ ਆਪਣੀ ਜੈਕਟਸ ਕੈਰੀ ਕਰਦੇ ਹਾਂ ਉਹ ਤੁਹਾਨੂੰ ਥੋੜਾ ਜਿਹਾ ਬਾਹਰ ਦਾ ਵੀ ਦਿਖਾਵਾਂਗੇ ਔਰ ਜਿੱਥੇ ਕਰੋਨਾ ਟੈਸਟ ਕਰਵਾਉਣਾ ਸਰਦਾਰ ਜੀ ਨੂੰ ਉਹ ਦਿਖਾਉਂਦੇ ਆ ਤੁਹਾਨੂੰ ਕਿਉਂਕਿ ਤਕਤੀਰ ਕੋਲ ਬਹੁਤ ਤੰਗ ਕਰ ਰਹੀ ਹੈ ਚਲੋ ਜਲਦੀ ਸ਼ੂਜ਼ ਪਾਓ ਸ਼ੂਜ਼ ਪਾਓ ਓਕੇ ਜੀ ਮਿਲਦੇ ਹਾਂ ਜਲਦੀ ਬਾਏ ਅਸੀਂ ਚੱਲੇ ਸੀਗੇ ਸੁਖਵਿੰਦਰ ਉਹਨਾਂ ਨਾਲ ਟੈਸਟ ਕਰਵਾਉਣ ਬਟ ਫਿਰ ਥੋੜਾ ਜਿਹਾ ਅੱਗੇ ਗਏ ਹਾਂ ਤੇ ਉਹ ਕਹਿ ਰਹੇ ਤੁਸੀਂ ਬੱਚੇ ਲੈ ਕੇ ਘਰ ਚਲੋ ਮੈਂ ਕਰਵਾ ਕੇ ਆਉਂਦਾ ਮੈਂ ਵੀ ਉਹ ਵੀ ਕਲਿੱਪ ਬਣਾ ਕੇ ਲਿਆਉਣਗੇ ਉਹ ਐਡ ਕਰਾਂਗੀ ਜਿੱਥੇ ਗਏ ਨਾ ਟੈਸਟ ਕਰਵਾਉਣ ਆਹ ਦੇਖੋ ਪ੍ਰੋਪਰ ਮਸਤੀ ਹੋ ਰਹੀ ਹੈ ਹੁਣ ਮੈਂ ਇਹਨਾਂ ਦੀ ਕੁਛ ਕੁ ਪਿਕਸ ਕਲਿੱਕ ਕਰਾਂਗੀ ਉਹ ਦੇਖੋ ਫੋਟੋ ਸ਼ੂਟ ਲਈ ਹਾਂਜੀ ਬੈਠ ਗਏ ਹੋ ਤੁਸੀਂ ਅੱਛਾ ਤਾਂ ਹੁਣ ਮੈਂ ਇਹਨਾਂ ਦੀ ਦੋ ਚਾਰ ਪਿਕਸ ਕਲਿੱਕ ਕਰਾਂ ਦੈਨ ਮੈਂ ਇਹਨਾਂ ਨੂੰ ਵਾਪਸ ਉੱਪਰ ਲੈ ਕੇ ਜਾਵਾਂਗੀ ਆਹ ਤੁਸੀਂ ਸਾਡੀ ਬਿਲਡਿੰਗ ਦੇਖੋ ਔਰ ਟੋਪ ਫਲੋਰ 'ਤੇ ਅਸੀਂ ਰਹਿੰਦੇ ਹਾਂ 6th ਫਲੋਰ 'ਤੇ ਤਾਂ ਮੈਂ ਸੋਚਿਆ ਚਲੋ ਮੈਂ ਇਹਨਾਂ ਦੀ ਪਿਕਸ ਕਲਿੱਕ ਕਰ ਲੈਂਦੀ ਹਾਂ ਔਰ ਉਹਨਾਂ ਦੇ ਆਉਂਦੇ ਤੱਕ ਥੋੜ੍ਹੀ ਸਫਾਈ ਵਗੈਰਾ ਕਰ ਲੈਂਦੀ ਹਾਂ ਫਿਰ ਡਿਨਰ ਦੀ ਟਾਈਮ ਹੋ ਜਾਣਾ ਕਿਉਂਕਿ ਬਹੁਤ ਜ਼ਿਆਦਾ ਮੈਸ ਹੈ ਕਿਚਨ ਵਿੱਚ ਵੀ ਔਰ ਘਰ ਵੀ ਬੱਚਿਆਂ ਨੇ ਬਹੁਤ ਸਾਰਾ ਖਿਲਾਰਾ ਪਾਇਆ ਹੋਇਆ ਓ ਜਦ ਦੀਦੀ ਪੋਜ਼ ਕਰ ਰਹੇ ਤੁਸੀਂ ਵੀ ਕਰੋ ਕਿੱਦਾਂ ਕਰਦੀ ਦੀਦੀ ਦੀਦੀ ਦੱਸੋ ਕਰਕੇ ਮੰਮਾ ਨੂੰ ਕਰਕੇ ਦੱਸੋ ਹਾਂਜੀ ਗਾਇਜ਼ ਮੈਂ ਪਹੁੰਚ ਗਿਆ ਕਰੋਨਾ ਟੈਸਟ ਕਰਵਾਉਣ ਵਾਸਤੇ ਅਤੇ ਆਹ ਸਾਹਮਣੇ ਵੀ ਸੈਂਟਰ ਬਣਵਾਇਆ ਕਰੋਨਾ ਟੈਸਟ ਦਾ ਉਹ ਜਗ੍ਹਾ ਜਗ੍ਹਾ ਟੈਸਟ ਮੰਗਦੇ ਜਿੱਦਾਂ ਹੈ ਨਾ ਅਤੇ ਹੁਣ ਮੈਂ ਕੱਲ੍ਹ ਨੂੰ ਜਾਣਾ ਟ੍ਰੇਨ 'ਚ ਅਤੇ ਟ੍ਰੇਨ 'ਚ ਵੀ ਇਹਨਾਂ ਨੇ ਅਲਾਓ ਕੀਤਾ ਹੋਇਆ ਕਿ ਤੁਹਾਡੇ ਕੋਲ ਟੈਸਟ ਹੋਣਾ ਚਾਹੀਦਾ ਹੈ ਨਾ ਕਰੋਨਾ ਟੈਸਟ ਇਸ ਕਰਕੇ ਮੈਂ ਕਰੋਨਾ ਟੈਸਟ ਕਰਵਾਉਣਾ ਚਾਹਿਆ ਅਤੇ ਬੱਚੇ ਘਰ ਹੀ ਨੇ ਅਤੇ ਆਪਾਂ ਫਿਰ ਇਕੱਲੇ ਹੀ ਆ ਰਹੇ ਹਾਂ ਬੱਚੇ ਨਾਲ ਥੋੜ੍ਹਾ ਅੱਛਾ ਹੀ ਹੋਣਾ ਇਸ ਕਰਕੇ ਹਾਂਜੀ ਅਸੀਂ ਆਏ ਸੀਗੇ ਥੱਲੇ ਅਤੇ ਅਸੀਂ ਸੋਚਿਆ ਚਲੋ ਫੋਟੋ ਸ਼ੂਟ ਹੁਣ ਕਰਦੇ ਹਾਂ ਪ੍ਰੋਪਰ ਤਾਂ ਅਸੀਂ ਕਰ ਰਹੇ ਇੱਕ ਬੰਦੇ ਦਾ ਵੇਟ ਆਹ ਦੇਖੋ ਪਹਿਲੇ ਹੀ ਪੁੱਜ ਕੇ ਅਤੇ ਆਪਣੀ ਜੈਕਟ ਜੁਗਟ ਲਾ ਕੇ ਖੜ੍ਹੇ ਨਾ ਅਤੇ ਇਹਦੀ ਖੁਸ਼ੀ ਦੇਖਿਓ ਤਾਂ ਪਤਾ ਨਹੀਂ ਕਿੰਨੀ ਦੇਰ ਵਾ ਮਿਲ ਰਹੀ ਹੈ ਆਹ ਇੱਦਾਂ ਖੜ੍ਹੇ ਨਾ ਦੇਖੋ ਰੈਡੀ ਹੋ ਕੇ ਕੋਈ ਜੈਕਟ ਨਹੀਂ ਕੋਈ ਕੁਛ ਨਹੀਂ ਠੰਡ ਲੱਗ ਜਾਵੇ ਹੈਂ ਬਹੁਤ ਕੰਮ ਲੱਗ ਰਿਹਾ ਫਿਰ ਆਏ ਤਾਂ ਹੋਰ ਕੀ ਤਕਦੀਰ ਸੱਚੀ ਹਾਂਜੀ ਗਾਇਸ ਆਹ ਦੇਖੋ ਸਟੀਮਰ ਦੇਖ ਕੇ ਤੁਸੀਂ ਸਮਝ ਹੀ ਗਏ ਹੋਣੇ ਅੱਜ ਕੀ ਬਣਾ ਰਹੀ ਹੈ ਮੈਂ ਅੱਜ ਅਸੀਂ ਬਣਾ ਰਹੇ ਹਾਂ ਮੋਮੋਸ ਔਰ ਉਸਦੇ ਨਾਲ ਮੈਂ ਉਹ ਤਿਆਰ ਕੀਤੀ ਹੋਈ ਕਾਰ ਤਾਂ ਹੁਣ ਅਸੀਂ ਕਰੀਏ ਡਿਨਰ ਕਿਉਂਕਿ ਬੱਚਿਆਂ ਨੇ ਬਹੁਤ ਜ਼ਿਆਦਾ ਤੰਗ ਕੀਤਾ ਹੋਇਆ ਸੀ ਜ਼ਿਆਦਾ ਬਲੌਗ ਸ਼ੂਟ ਨਹੀਂ ਕਰ ਪਾਏ ਜਿੰਨਾ ਕੁ ਬਣਾਇਆ ਉਨਾ ਕੁ ਮੈਂ ਅਪਲੋਡ ਕਰਾਂਗੀ ਬਾਕੀ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਵਾਲਾ ਬਲੌਗ ਬਹੁਤ ਪਸੰਦ ਆਇਆ ਹੋਵੇਗਾ ਜਲਦੀ ਹੀ ਨਵਾਂ ਬਲੌਗ ਲੈ ਕੇ ਜਲਦੀ ਆਵਾਂਗੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਰੱਬ ਰਾਖਾ ਜੀ
ਇਨ ਅੱਜ ਫਿਰ ਕੀ ਕੀ ਮਿਲਿਆ ਕਿੰਡਰਗਾਰਟਨ ਤੋਂ ਬੈਗ ਤੇ ਹੇਅਰ ਬੈਂਡ ਵਾਓ ਅੱਜ ਜੈਸਲੀਨ ਨੂੰ ਦੇਖੋ ਹੇਅਰ ਬੈਂਡਸ ਮਿਲੇ ਔਰ ਬੈਗ ਮਿਲਿਆ ਬੜਾ ਹੀ ਪ੍ਰੀਟੀ ਜਿਆ ਔਰ ਸਾਡੀ ਤਕਦੀਰ ਕੋਰ ਹੋਣੇ ਪਹਿਲੇ ਹੀ ਲੈ ਕੇ ਬੈਠ ਗਏ ਨਾ ਗਲ ਚ ਪਾ ਕੇ ਤਾਂ ਬਹੁਤ ਹੀ ਪਿਆਰਾ ਬਾਕੀ ਇੱਕ ਸਰਪ੍ਰਾਈਜ਼ ਹੋ ਰਿਹਾ ਜੈਸਲੀਨ ਲਈ ਉਹ ਮੈਂ ਹੁਣ ਘਰ ਜਾ ਕੇ ਦਿਆਂਗੀ ਜੈਸਲੀਨ ਨੂੰ ਜੈਸ ਗੈਸ ਕਰੋ ਕੀ ਹੋ ਸਕਦਾ ਪਤਾ ਕੁਛ ਨਹੀਂ ਚਲੋ ਫਿਰ ਘਰ ਇੱਕ ਸਰਪ੍ਰਾਈਜ਼ ਹੋ ਰਿਹਾ ਅੱਜ ਹਾਂਜੀ ਗਾਇਜ਼ ਇਹ ਦੇਖੋ ਕਿੱਦਾਂ ਬੈਠੀ ਹੋਈ ਹੈ ਬਿਕੋਜ਼ ਮੈਂ ਇਹਨੂੰ ਕਿਹਾ ਕਿ ਤੂੰ ਫੇਸ ਟਰਨ ਕਰਕੇ ਬਾਹਰ ਔਰ ਜੈਸਲੀਨ ਨੂੰ ਕੁਛ ਹੋਰ ਲੈ ਕੇ ਆਈ ਹਾਂ ਮੈਂ ਜੋ ਕਿ ਪੈਂਡਿੰਗ ਸੀਗਾ ਇਹਦੇ ਬਰਥ ਦੇ ਲਈ ਚਲੋ ਇੱਦਾਂ ਟਰਨ ਕਰੋ ਆਈਜ਼ ਕਲੋਜ਼ ਕਰੋ ਆਈਜ਼ ਬਿਲਕੁਲ ਹੀ ਹੋਣੀ ਚਿਟਿੰਗ ਨਹੀਂ ਠੀਕ ਹੈ ਦੇਖੋ ਕੀ ਹੈ ਕੱਢ ਕੇ ਬਾਹਰ आहिस्ता आहिस्ता किदा ओह शिट किदा ने लगे गुमी स्टीफर किदा ने दूसरे भी देखो किदा ने फिर प्यारे ने दिखा दो फिर ਅੱਜ ਜੈਸਲੀਨ ਦੇ ਸ਼ੂਜ਼ ਮੈਂ ਅੱਜ ਮੈਨੂੰ ਮੈਂ ਮਾਰਕੀਟ 'ਚ ਗਈ ਸੀਗੀ ਉਹ ਮੈਨੂੰ ਦਿਖੀ ਉੱਥੇ ਇਹ ਕਾਫੀ ਟਾਈਮ ਤੋਂ ਕਹਿ ਰਹੀ ਸੀ ਕਿ ਮੰਮਾ ਇਸ ਟਾਈਪ ਦੇ ਸ਼ੂਜ਼ ਚਾਹੀਦੇ ਆ ਔਰ ਇਹ ਇਹਨੂੰ ਸਕੂਲ ਲਈ ਚਾਹੀਦੇ ਸੀਗੇ ਰਬਰ ਵਾਲੇ ਜਿੱਦਾਂ ਨਾ ਵਾਟਰ ਪਰੂਫ ਤਾਂ ਦੋਨੋਂ ਹੀ ਹੋ ਗਏ ਇਹਦੇ ਪੂਰੇ ਹਾਂ ਜੈਸਲੀਨ ਦਾ ਦਿਨ ਚੰਗਾ ਕਿ ਜੈਸਲੀਨ ਨੂੰ ਸਾਰੀ ਸਾਈਡ ਤੋਂ ਗਿਫਟ 'ਚ ਗਿਫਟ ਮਿਲ ਰਹੇ ਆ ਸਕੂਲ ਦੀ ਤਰਫ ਤੋਂ ਵੀ ਗਿਫਟ ਮਿਲੇ ਘਰ ਵੀ ਗਿਫਟ ਮਜ਼ੇ ਹੋਇਆ गुड मॉर्निंग गाइस की हाल चाल आज है 18th ऑफ नवंबर और मैं जस्ट फ्री हुई सी काम करके और मैनू मैसेज आया कि जैसलीन का जो पार्सल है वो आ चुका है हूँ असी जा रहे सीगे पार्सल लैन हाँ जी जैसलीन कितने जा रहे हो अच्छी तो मेरा पार्सल आया हाँ जी असी जा रहे जैसलीन का पार्सल करने रिसीव तो देखो ਬਾਕੀ ਅੱਗੇ ਕੀ ਕਿੱਦਾਂ ਮਿਲਦਾ ਫਿਰ ਤੁਹਾਨੂੰ ਦੱਸਦੇ ਹਾਂ ਕੀ ਕੀ ਆਇਆ ਪਾਰਸਲ ਵਿੱਚ ਓਕੇ ਜੀ ਮਿਲਦੇ ਹਾਂ ਜਲਦੀ ਅਸੀਂ ਪਹੁੰਚ ਗਏ ਹਾਂ ਬੱਸ ਸਟੇਸ਼ਨ 'ਤੇ ਆਹ ਤੁਸੀਂ ਦੇਖ ਸਕਦੇ ਹਾਂ ਔਰ ਆਹ ਦੇਖੋ ਇੱਥੇ ਚੱਲ ਜਿੰਦੀ ਹੈ ਚਲੋ ਚਲੋ ਜਿੰਦੀ ਹੈ ਅੱਗੇ ਚਲੋ ਤਾਂ ਹੁਣ ਅਸੀਂ ਜਾ ਰਹੇ ਹਾਂ ਸਾਹਮਣੇ ਹੀ ਸ਼ੋਪ ਹੈ ਦੇਖੋ ਮੈਨੂੰ ਨੋਟੀਫਿਕੇਸ਼ਨ 'ਤੇ ਆ ਗਈ ਸੀ ਜੀ ਅਸੀਂ ਪਹੁੰਚ ਚੁੱਕੇ ਹਾਂ ਵਾਲੀ ਸ਼ੋਪ 'ਤੇ ਇਹਦੇ ਅੰਦਰ ਜਾਂਦੇ ਹੋਏ ਅਸੀਂ ਕੈਮਰਾ ਅਲਾਊ ਤੇ ਹੈ ਮਤਲਬ ਉਦਾਂ ਮੈਂ ਸ਼ੂਟ ਨਹੀਂ ਕਰ ਸਕਦੀ ਚਲੋ ਟਰਾਈ ਕਰਦੇ ਹਾਂ ਲਾਈਨ ਲੰਬੀ ਲੱਗੀ ਹੋਈ ਹੈ ਇੱਥੇ ਜੀ ਪਾਰਸਲ ਅਸੀਂ ਲੈ ਲਿਆ ਬਸ ਲੱਗੀ ਹੋਈ ਸਰ ਇਸ ਕਰਕੇ ਹੁਣ ਅਸੀਂ ਜਲਦੀ ਜਲਦੀ ਘਰ ਬੁਝੀਏ ਫਿਰ ਘਰ ਜਾ ਕੇ ਤੁਹਾਨੂੰ ਖੋਲ੍ਹ ਕੇ ਦੱਸੀਏ ਨਾ ਹਾਂਜੀ ਅਸੀਂ ਬਸ ਤੋਂ ਉਤਰ ਕੇ ਅਤੇ ਹੁਣ ਬਾਈ ਵਾਕ ਰਹਿ ਗਿਆ ਸਾਡਾ ਘਰ ਕੋਈ ਦੋ ਤਿੰਨ ਮਿੰਟ ਆਹ ਦੇਖੋ ਆਹ ਜਿਹੜੇ ਪਿੰਕ ਜੈਕਟ ਵਾਲਾ ਇਹ ਟੋਬੋ ਜਿਹੜਾ ਉਹ ਆਰੇਮੈਨ ਦੇਖਿਆ ਜਾਂਦੇ ਨਾ ਉਹਦੇ ਵਿੱਚ ਆਉਂਦਾ ਹੁੰਦਾ ਸੀ ਸ਼ਕਤੀਮਾਨ ਅਤੇ ਆਰੇਮਾਨ ਉਹਦੇ ਟੋਬੋ ਆਉਂਦਾ ਹੁੰਦਾ ਸੀ ਇਹ ਟੋਬੋ ਹੈ ਪੂਰਾ ਟੋਬੋ ਲੱਗ ਰਿਹਾ ਦੌੜ ਦੌੜ ਕੇ ਤਾਂ ਚੱਲ ਰਹੇ ਨੇ ਚਲੋ ਇਸੇ ਬਹਾਨੇ ਨਾਲੇ ਵਾਕ ਹੋ ਗਈ ਸਵੇਰੇ ਸਵੇਰੇ ਅੱਜ ਮੋਰਨਿੰਗ ਵਾਕ ਵਾਕ ਚਲੋ ਚਲੋ ਅਗਲੇ ਅੱਗੇ ਜਾ ਕੇ ਛੁਪ ਚੁੱਕੀ ਹੈ ਅਤੇ ਹੁਣ ਇਹ ਢੂੰਡਦੀ ਹੈ ਉਹਨੂੰ ਕਿੱਥੇ ਕਿੱਥੇ ਬਿੱਟਾ ਮੈਨੂੰ ਤੈਨੂੰ ਲੱਭ ਰਹੀ ਆਵਾਜ਼ ਮਾਰੋ ਦੀਦੀ ਜੀ ਚਲੋ ਜੈਸਲੀਨ ਜੈਸਲੀਨ ਕਰ ਦਿਓ ਇੱਥੇ ਵੀ ਨਹੀਂ ਕਿੱਥੇ ਗਈ ਚਲੋ ਕਰ ਦਿਓ ਫਿਰ ਜੈਸਲੀਨ 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 ਵੇਅਰ ਆਰ ਯੂ ਚਲੋ ਦੇਖੋ ਕਿੱਥੇ ਅੱਗੇ ਦੇਖੋ ਲੱਭੀ ਜੈਸਲੀਨ ਕਿੱਥੇ ਦੀਦੀ ਕਿੱਥੇ ਗਈ ਨਹੀਂ ਲੱਭੀ ਹੈ ਨਹੀਂ ਆਵਾਜ਼ ਮਾਰੋ ਓ
चलो बिछड़े मिल गए, आ जाओ चलिए कार में। पोस्ट आ गई साड़ी। हेलो, आ गए फाइनली सी कार। खोलो अपना पार्सल। खुलेगा? मुम्मा खोले नहीं। लो जी, खोल नहीं दिया, मैं खोल के दिता। कड्डो बाहर, खोलो दा पैकेट। तुहाडे वास्ते नहीं कुछ भी। खोलो, खोल के बाहर कट के दसो की है। कोट लगता नहीं बेटे, कोट ही आडे सामने तो ऑर्डर किया। चलो सीधा करो, किदा ना हूँ जब भी ट्राई करो फिर दिखा दे कि लगता। खड़े को दिखा दो कि वधिया। ब्लैक कलर का कोट मंगवाया सीगा, एक मैं जैकेट्स तो है। नेक्स्ट टाइम मेरे वर्गा मंगवा लियो, इस बार ब्लैक कर लो तो बहुत वधिया। बाकी मैं तुम्हें दिखा दी, मैं हाँ बाकी मैं तुम्हें दिखा दी मैं की मंगवाया इतों। आ तीन मैं बेल्ट मंगवाई अपन बेल्ट, एक चॉकलेट कलर की, एक वाइट कलर की, एक ब्लैक कलर की। उसके अलावा एक मैं आई लैशिज वास्ते ग्लू मंगवाई है, ग्लू लाइनर टाइप। और अभी वेट बेटा। और उसके अलावा मैं तीन ईयर रिंग्स मंगवाए हैं, आ वाले हैं, देन एक रिंग और एक ए वाले हैं। बहुत ही सोहना, मैनू तो बहुत वधिया एफोर्डेबल है काफ़ी। की उम्मीद कर रही हूँ गाइस, थानू आ ब्लॉग लंबा तो काफ़ी हो गया होएगा, वधिया लगा होएगा। कुछ बच्चों की शरारत हो इस दे विच, ते उम्मीद करते हैं थानू वधिया लगेगा। तो जल्दी ही एक ब्लॉग होर लेके असी आवांगे, तो उदों तक तुसी सारे जने अपना ख्याल रखो, क्योंकि कोरोना का फिर एक नवी जिहड़ा ओमिक्रॉन बहुत ज़्यादा फैल रहा। तुसी सारे सेफ रहो, वाहेगुरु तुहानू सारयां नू चढ़दी कला विच रखन। ओके जी, मिलांगे नेक्स्ट ब्लॉग दे विच, बाय बाय। रेजलीन सारयां नू की कहना चाहते हो तुसी? थैंक यू गाइज फॉर योर वॉर्म विशेज ऑन जैसलीन स्पेशल डे। बाय बाय।